हेलो स्टूडेंट्स वेलकम बैक टू माय YouTube चैनल इन दिस वीडियो वी आर गोइंग टू स्टार्ट नेक्स्ट एप्लीकेशन बेस्ड क्वेश्चंस व्हिच इज फ्रॉम करंट इलेक्ट्रिसिटी सो लास्ट लेक्चर ਦੇ ਵਿੱਚ ਬਚੇ ਸੀ ਐਪਲੀਕੇਸ਼ਨ ਬੇਸਡ ਨੂੰ ਛੱਡ ਕੇ ਅੰਡਰਸਟੈਂਡਿੰਗ ਪਲੱਸ ਨੋਲੇਜ ਬੇਸਡ ਜਿਹੜੇ ਕੁਐਸਚਨ ਆ ਡਿਸਕਸ ਕਰ ਚੁੱਕੇ ਆ ਇਸ ਵੀਡੀਓ ਦੇ ਵਿੱਚ ਅਸੀਂ ਐਪਲੀਕੇਸ਼ਨ ਬੇਸਡ ਕੁਐਸਚਨ ਡਿਸਕਸ ਕਰਾਂਗੇ ਜੋ ਕਿ ਕਲਾਸ 12th ਦਾ ਯੂਨਿਟ ਨੰਬਰ 2 ਆ ਕਰੰਟ ਇਲੈਕਟ੍ਰਿਸਿਟੀ ਸੋ ਫਰਸਟ ਕੁਐਸਚਨ ਦੇ ਚੱਲਦੀਆਂ ਬੱਚੇ ਥਿਸ ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ ਐਨ ਇਲੈਕਟ੍ਰਿਕ ਬੱਲਬ ਮਾਰਕਡ 100 ਵਾਟ ਪਾਵਰ ਸਾਨੂੰ 기ਵਨ ਹੈ ਬੱਚੇ 100 ਵਾਟ ਹੈ ਥੈਨ ਵੋਲਟੇਜ 기ਵਨ ਆ ਵੀ ਆ ਥੈਨ ਉਹ ਕਹ ਰਿਹਾ ਰੈਜ਼ਿਸਟੈਂਸ ਪਤਾ ਕਰੋ ਸਾਨੂੰ ਬੱਚੇ ਪਾਵਰ ਦਾ ਫਾਰਮੂਲਾ ਪਤਾ ਹੈ ਪਾਵਰ ਕਿਦੇ ਇਕੁਲ ਹੁੰਦੀ ਆ ਵੀ ਸਕੁਆਇਰ ਡਿਵਾਈਡਿਡ ਬਾਈ ਆਰ ਉਹਨਾਂ ਨੇ ਕਿਹਾ ਕਿ ਰੈਜ਼ਿਸਟੈਂਸ ਪਤਾ ਕਰੋ ਸੋ ਆਰ ਕਿਦੇ ਇਕੁਲ ਹੋਏਗਾ ਵੀ ਸਕੁਆਇਰ ਡਿਵਾਈਡਿਡ ਬਾਈ ਪੀ ਹੁਣ ਦੇਖੋ ਆਰ ਇਸ ਇਕੁਅਲ ਟੂ ਵੀ ਸਕੁਆਇਰ वोल्टेज गिवन है किडर्ड सो टू टाइम्स लिख सकते हैं क्योंकि टू हंडर्ड स्केयर आ डिड बाय पावर पावर इज हंडर्ड सो इन सॉल्व किया आ जाएगा फोर हंड्रड ओम सो दिस इज द आंसर नैक्सट आ जाओ मंगल्स रूम हीटर इज मार्क्ड एज थाउजेंड वॉट टू हंड्रड वोल्ट वॉट मतलब पावर गिवन है वोल्ट मतलब वोल्टेज गिवन आ फाइंड द परसेंटेज चेंज इन द पावर of heater if voltage drop to 160 volt agar voltage ke andar drop ho jandi hai 160 te ta percentage pata karo ida matlab bachche sanu do parts de vich innu solve karna payega first part kia jado asi 1000 volt te 200 volt lende ha so ik resistance etho nikal li so sada answer a jaega innu solve karke dekh lena bachche zeros na zero katiyan giyan ta 400 a 440 40 ਜਿਹੜਾ ਓਮ ਆ ਤੁਹਾਡੀ ਰੈਜ਼ਿਸਟੈਂਸ ਆ ਜਾਈਗੀ ਫਰਸਟ ਪਾਰਟ ਦੀ ਸੈਕਿੰਡ ਪਾਰਟ ਵਿੱਚ ਉਹਨਾਂ ਨੇ ਕਿਹਾ ਕਿ ਵੋਲਟੇਜ ਡ੍ਰੌਪ ਹੋਗੀ 160 ਤੇ ਇਹਦਾ ਮਤਲਬ ਸੈਕਿੰਡ ਸਟੈਪ ਦੇ ਵਿੱਚ ਅਸੀਂ ਕੀ ਕਰਾਂਗੇ R P V' R ਸੋ so V' ਉਹਨਾਂ ਨੇ ਕਿੰਨਾ ਕਿਹਾ 160 160 ਔਰ R ਸਾਡੀ ਕਿੰਨੀ ਆਈ ਆ ਅਨਸਰ ਕਿੰਨਾ ਆਇਆ 40 0 ਨਾਲ 0 ਕੈਨਸਲ ਸੋ ਸਾਡੇ ਕੋਲ ਇੱਥੇ ਆ ਗਿਆ 26 40 ਵਾਟ ਹੁਣ ਸਾਡੇ ਕੋਲ ਇੱਕ p' ਆ ਗਈ ਇੱਕ p ਆ ਗਈ ਉਹਨਾਂ ਨੇ ਕੀ ਕਿਹਾ ਇੱਥੇ ਕਿ ਪਰਸੈਂਟੇਜ ਚੇਂਜ ਕਿੰਨੀ ਹੋਈ ਆ ਉਹ ਪਤਾ ਕਰੋ ਸੋ ਪਰਸੈਂਟੇਜ ਚੇਂਜ ਇਨ ਪਾਵਰ ਦਾ ਫਾਰਮੂਲਾ ਕੀ ਹੁੰਦਾ ਬੱਚੇ ਇਨੀਸ਼ੀਅਲ ਮਾਈਨਸ ਫਾਈਨਲ ਫਾਈਨਲ ਕਿੰਨੀ ਆ p' ਡਿਵਾਈਡਡ ਬਾਈ ਇਨੀਸ਼ੀਅਲ ਮਲਟੀਪਲਾਈ ਬਾਈ 100 ਸੋ ਆਵਲਾ ਫਾਰਮੂਲਾ ਬੱਚੇ ਸਾਰੇ ਜਾਣੇ ਆਪਣੀ ਕਾਪੀ ਦੇ ਉੱਪਰ ਲਿਖ ਲਓ ਬਿਕੋਜ਼ ਤੁਸੀਂ ਪਰਸੈਂਟੇਜ ਜਦੋਂ ਵੀ ਆਉਂਦੀ ਆ ਤਾਂ ਖਬਰ ਆ ਜਾਣੀ ਆ ਕਿ ਇਹਦੇ ਵਿੱਚ ਅਸੀਂ ਫਾਰਮੂਲਾ ਕਿਹੜਾ ਲਗਾਉਣਾ ਯਾਦ ਰੱਖਣਾ ਇਨੀਸ਼ੀਅਲ ਮਾਈਨਸ ਫਾਈਨਲ ਡਿਵਾਈਡਿਡ ਬਾਏ ਇਨੀਸ਼ੀਅਲ ਚਾਹੇ ਪਾਵਰ ਪੁੱਛੀ ਹੋਵੇ ਚਾਹੇ ਰੈਜ਼ਿਸਟੈਂਸੀ ਪਰਸੈਂਟੇਜ ਪੁੱਛੀ ਹੋਵੇ ਕਿਸੇ ਚੀਜ਼ ਦੀ ਵੀ ਬੱਚੇ ਪਰਸੈਂਟੇਜ 에ਰਰ ਪੁੱਛਿਆ ਜਾਂ ਪਰਸੈਂਟੇਜ ਜਿਹੜੀ ਚੇਂਜ ਪੁੱਛੀ ਹੋਵੇ ਉਹ ਸੀ ਆਲਵੇਸ ਇਸ ਤਰੀਕੇ ਨਾਲ ਹੀ ਸੋਲਵ ਕਰਦੇ ਆਂ ਕਲੀਅਰ ਹੋ ਗਿਆ ਸੋ ਬੱਚੇ ਆਦਰਵਾਈਜ਼ ਬੁੱਕ ਨੇ ਸਾਰਾ ਸੋਲਵ ਕੀਤਾ ਹੋਇਆ ਹੈ ਤੋ ਦੇਖ ਲੈਣਾ ਇਹਦਾ ਆਨਸਰ ਕਿਸ ਤਰੀਕੇ ਨਾਲ ਆਏਗਾ ਸੇਮ ਕੁਸ਼ਚਨ ਆ ਬੱਚੇ ਕੁਸ਼ਚਨ ਨੰਬਰ 3 ਐਂਡ 4 ਆਈ ਹੋਪ ਕਿ ਤੁਸੀਂ ਖੁਦ ਟਰਾਈ ਕਰ ਲਓਗੇ ਜਿਹੜੇ ਬੱਚੇ ਬੱਚੇ ਕੰਟੀਨਿਊਸਲੀ ਮੇਰੇ ਚੈਨਲ ਨੂੰ ਫੋਲੋ ਕਰ ਰਿਹਾ ਕੰਟੀਨਿਊਸਲੀ ਲੈਕਚਰ ਸੁਣ ਰਿਹਾ ਆਈ ਐਮ ਰੀਲੀ ਸੌਰੀ ਕਿ ਥੋੜਾ ਸ਼ਡਿਊਲ ਬੀਜ਼ੀ ਹੋਣ ਕਰਕੇ ਜਿਹੜੀ ਵੀਡੀਓ ਆ ਉਹ ਦੁਪਹਿਰ ਦੇ 12 ਵਜੇ ਤੱਕ ਅਪਲੋਡ ਹੋਣ ਦੀ ਬਜਾਏ ਰਾਤ ਤੱਕ ਚਲੀ ਜਾਂਦੀ ਆ ਸੋਰੀ ਸੋਰੀ ਬਟ ਜਿਹੜੇ ਸਟੂਡੈਂਟਸ ਬੱਚੇ ਧਿਆਨ ਨਾਲ ਲੈਕਚਰ ਸੁਣ ਰਹੇ ਆ ਫੋਲੋ ਕਰ ਰਹੇ ਆ ਪਲੀਜ਼ ਕੁਸ਼ਚਨ ਨੰਬਰ 3 ਐਂਡ 4 ਜਿਹੜਾ ਆ ਖੁਦ ਸੋਲਵ ਕਰਕੇ ਦੇਖ ਲੈਣਾ ਸੀਮ ਟੂ ਸੀਮ ਸੈਕੰਡ ਵਰਗਈ ਆ ਅਗਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ ਜਾਂ ਫਿਰ ਟੈਲੀਗ੍ਰਾਮ ਚੈਨਲ ਤੇ ਪੁੱਛ ਲੈਣਾ ਤਾਂ ਬੱਚੇ ਵੈਸੇ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਆ ਕਿ ਹਰ ਇੱਕ ਸਟੂਡੈਂਟ ਦੀ ਜਿਹੜੀ ਆ ਪ੍ਰੋਬਲਮ ਮੈਂ ਖੁਦ ਸੋਲਵ ਕਰਕੇ ਸੈਂਡ ਕਰਾਂ ਬਟ ਅਗਰ ਬਾਈ ਚਾਂਸ ਕਿਸੇ ਬੱਚੇ ਦਾ ਮੈਸੇਜ ਮੇ ਤੁ ਨਹੀਂ ਦੇਖ ਹੁੰਦਾ ਦੇਖ ਬੱਚੇ ਮੈਂ ਸਾਰੇ ਲੈਣੀਆਂ ਮੈਸੇਜ ਸਮ ਟਾਈਮ ਰਿਪਲਾਈ ਨਹੀਂ ਕਰ ਹੁੰਦਾ ਤਾਂ ਉਹਦੇ ਲਈ ਮਾਫੀ ਚਾਹਦੀ ਆ ਸਮ ਟਾਈਮ ਬੱਚੇ ਮੈਸੇਜ ਦੇਖ ਲੈਣੀਆਂ ਬਟ ਸੋਲੂਸ਼ਨ ਨਹੀਂ ਭੇਜ ਪਾਉਂਦੀ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਪਰ ਜੇ ਤੁਹਾਡੇ ਕੋ ਫਿਰ ਵੀ 1-2 ਦਿਨ ਤੱਕ ਵੀ ਸੋਲੂਸ਼ਨ ਤੁਹਾਨੂੰ ਨਹੀਂ ਮਿਲਦਾ ਤਾਂ ਬੱਚੇ ਪਲੀਜ਼ ਮੈਨੂੰ ਦੁਬਾਰਾ ਮੈਸੇਜ ਕਰ ਦਿਆ ਕਰੋ ਫਿਰ ਯਾਦ ਰਹਿੰਦਾ ਕਿ ਇਸ ਬੱਚੇ ਦਾ ਦੁਬਾਰਾ ਮੈਸੇਜ ਆਇਆ ਤਾਂ 100% ਤੁਹਾਡੇ ਜਿਹੜੇ ਆ ਮੈਸੇਜ ਦਾ ਰਿਪਲਾਈ ਜ਼ਰੂਰ ਆਏਗਾ ਚਲੋ ਹੁਣ 5th ਕੁਐਸਚਨ ਤੇ ਆਜੋ ਅ ਬੈਟਰੀ ਆਫ EMF ਟੈਨ ਵੋਲਟ ਐਂਡ ਇੰਟਰਨਲ ਰਜਿਸਟੈਂਸ ਫੋਰ ਓਮ ਉਹਨਾਂ ਨੇ ਕਿਹਾ ਕਿ ਈ ਐੱਮ ਐੱਫ ਟੈਨ ਵੋਲਟ ਆ ਮਤਲਬ ਈ ਗੇ ਵਨ ਹੈ ਇੰਟਰਨਲ ਰਜਿਸਟੈਂਸ ਮਤਲਬ ਆਰ ਗੇ ਵਨ ਹੈ ਇਸ ਕੋਨੈਕਟਿਡ ਟੂ ਅ ਪੈਰਲ ਪੈਰਲਰ ਜੋੜ ਦਿੱਤਾ ਗਿਆ ਕੋਂਬੀਨੇਸ਼ਨ ਆਫ ਟੂ ਰਜਿਸਟਰਸ ਆਫ ਰਜਿਸਟੈਂਸ ਟੈਨ ਓਮ ਐਂਡ ਫਿਫਟੀਨ ਓਮ ਸਾਡੇ ਕੋਲ ਦੋ ਰਜਿਸਟਰਸ ਆ ਦੋਨਾਂ ਨੂੰ ਅਸੀਂ ਕਾਹਦੇ ਵਿੱਚ ਜੋੜ ਦਿੱਤਾ ਪੈਰਲਰ ਜੋੜ ਦਿੱਤਾ ਹੁਣ ਬੱਚੇ ਪੈਰਲਰ ਦਾ ਫੋਰਮੂਲਾ ਕੀ ਆ 1/r 1/r1 1/r2 ਇਹਨੂੰ ਸਾਰੇ ਨੂੰ ਸੋਲਵ ਕਰਦੇ ਆ ਤਾਂ ਅਸੀਂ r ਸੋਲਵ ਕਰ ਸਕਦੇ ਆ ਜਾਂ ਆ ਮੈਥਡ ਲਗਾਉਂਦੀ ਜ ਜਿਹਨੂੰ ਬੱਚੇ ਆ ਇਜ਼ੀ ਲੱਗਦਾ ਇਹ ਲਗਾ ਲਓ ਮੈਂ ਮੋਸਟਲੀ r r1 r2 r1 r2 ਲਗਾਨੀ ਆ ਰੀਜ਼ਨ ਕੀ ਆ ਸਮ ਟਾਈਮ ਕਾਲੀ ਕਾਲੀ ਦੇ ਵਿੱਚ ਬੱਚੇ 1/r ਨੂੰ ਰੈਸੀਪਰੋਕਲ ਕਰਨਾ ਭੁੱਲ ਜਾਂਦੇ ਜਿਹਦੀ ਵਜ੍ਹਾ ਨਾਲ ਅਗਲੀ ਸਾਰੀ ਕੈਲਕੂਲੇਸ਼ਨ ਰੋਂਗ ਚਲੀ ਜਾਂਦੀ ਆ सो so, ट्राई करो आ सीधा वाला फॉर्मूला यूज करो सो आजेगा टेन इंटू फिफ्टीन डिवाइडेड बाय टेन प्लस फिफ्टीन टेन प्लस फिफ्टीन कि हो गया ट्वेंटी फाइव ठीक है फाइव थ्री आ फाइव फाइव आ फाइव टू आ सो सीधा आ गया थ्री टू so, आ सिक्स सो आर दैल्यू आ गई सिक्स जो वन ओवर आर हों आना वन ओवर सिक्स ਠੀਕ ਆ ਕਈ ਵਾਰੀ ਅਸੀਂ 1 ఓਵਰ 6 ਹੀ ਯੂਜ਼ ਕਰ ਲੈਨੇ ਆ ਜਿਹਦੀ ਵਜ੍ਹਾ ਨਾਲ ਸਾਡਾ ਕਹਿ ਲਓ ਅਗਲੀ ਕੈਲਕੂਲੇਸ਼ਨ ਰੋਂਗ ਚਲੀ ਜਾਂਦੀ ਆ ਸੋ ਆਰ ਵੀ ਸਾਨੂੰ ਹੁਣ ਕਲੀਅਰ ਹੋ ਗਈ ਕਿ 6 ਓਮ ਆ ਉਹਨਾਂ ਨੇ ਕਿਹਾ ਕੈਲਕੂਲੇਟ ਦਾ ਟਰਮੀਨਲ ਵੋਲਟੇਜ ਆਫ ਦਾ ਬੈਟਰੀ ਟਰਮੀਨਲ ਵੋਲਟੇਜ ਫਾਈਂਡ ਆਊਟ ਕਰਨਾ ਮਤਲਬ ਆਰ ਇਸ ਇਕਵਲਸ ਟੂ E ఓਵਰ V ਮਾਈਨਸ 1 R ਕੈਪੀਟਲ R ਠੀਕ ਹੈ ਜੀ ਅਸੀਂ ਵੋਲਟੇਜ ਫਾਈਂਡ ਆਊਟ ਕਰਨ ਨੂੰ ਕਿਹਾ ਉਹਨਾਂ ਨੇ ਟਰਮੀਨਲ ਵੋਲਟੇਜ ਸੋ ਪਹਿਲਾਂ ਤਾਂ ਆ ਆਰ ਦੂਸਰੀ ਤਰਫ ਲੈ ਕੇ ਜਾਣੇ ਤਾਂ ਆਰ ఓਵਰ ਆਰ a1 ਦੂਸਰੀ ਤਰਫ ਲੈ ਕੇ ਗਏ ਤਾਂ ਪਲੱਸ e v ਸੋ ਕੱਲਾ v ਚਾਹੀਦਾ ਸਾਨੂੰ ਸੋ v ਕੇ ਦੇ ਇਕੁਅਲ ਆ ਗਿਆ r r 1 e ਸੋ ਸੋ ਨੀਟ ਐਂਡ ਕਲੀਨ ਲਿਖ ਲੈਣੇ ਔਰ ਅਜੇ ਨੂੰ ਤਾਂ ਆਪਣੇ ਕੋ ਆ ਗਿਆ r r 1 e v ਸਾਨੂੰ ਕੱਲਾ v ਚਾਹੀਦਾ ਸੋ v ਕਿ ਦੇ ਇਕੁਅਲ ਆ ਜਾਏਗਾ e ਡਿਵਾਈਡਿਡ ਬਾਈ r ਓਵਰ r 1 ਨਾਉ ਪੁੱਟ ਦਾ ਵੈਲਿਊਜ਼ ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕਰੋ 10 ਡਿਵਾਈਡਿਡ ਬਾਈ r ਦੀ ਵੈਲਿਊ ਕਿੰਨੀ ਆ 4 ਓਵਰ 6 1 ਸੋ ਕੱਟ ਕੇ ਕਿੰਨਾ ਆ ਗਿਆ 2 ਓਵਰ 3 ਐਲਸੀਐਮ ਲੇਵਾਂਗੇ ਤਾਂ 5 ਓਵਰ 3 ਸੋ so, 5 ਓਵਰ 3 3 ਨੂੰ ਪਹਿਲਾਂ ਹੀ ਉੱਪਰ ਲੈ ਜਾਓ ਕਟਿੰਗ ਕਰਕੇ ਆ ਗਿਆ 6 ਵੋਲਟ ਸੋ ਆਨਸਰ ਆ ਗਿਆ ਬੱਚੇ ਤੁਹਾਡਾ 6 ਵੋਲਟ ਸੋ ਇਹਨਾਂ ਦੀ ਕੈਲਕੂਲੇਸ਼ਨ ਥੋੜੀ ਜੀ ਮੇਰੇ ਨਾਲ ਡਿਫਰੈਂਟ ਹੈ ਕੋਈ ਫਰਕ ਨਹੀਂ ਪੈਂਦਾ ਕੈਲਕੂਲੇਸ਼ਨ ਤੁਹਾਡੇ ਹੱਥ ਵਿੱਚ ਹੈ ਜਿੱਦਾਂ ਤੁਸੀਂ ਕਰਨਾ ਚਾਹੋ ਨੇ ਉਸ ਤਰੀਕੇ ਨਾਲ ਕਰੋ ਠੀਕ ਹੈ ਸੋ ਸਾਡਾ ਆਨਸਰ ਆ ਗਿਆ 6 ਵੋਲਟ ਸੋ ਸੇਮ ਟੂ ਸੇਮ ਕੁਸ਼ਚਨ ਆ ਕੁਸ਼ਚਨ ਨੰਬਰ 6 ਐਂਡ 7 ਬੱਚੇ ਟਰਾਈ ਜ਼ਰੂਰ ਕਰਕੇ ਦੇਖਣਾ ਨਮੈਰੀਕਲਸ ਹੀ ਪ੍ਰੈਕਟਿਸ ਨਹੀਂ ਕਰੋਗੇ ਤਾਂ ਕੁਐਸ਼ਨਸ ਬਿਲਕੁਲ ਨਹੀਂ ਆਉਣਗੇ ਨੈਕਸਟ ਆਜੋ ਅ ਕਰੰਟ 5 ਐਂਪੀਅਰ ਫਲੋਸ ਥਰੋ ਐਨ ਇਲੈਕਟ੍ਰਿਕ ਪਾਵਰ ਆਫ ਰਿਸਿਸਟੈਂਸ 11 ਓਮ ਹੁਣ ਤੁਹਾਨੂੰ ਬੱਚੇ ਕਰੰਟ 기ਵਨ ਆ ਕਰੰਟ ਮਤਲਬ ਆਈ 기ਵਨ ਹੈ ਠੀਕ ਹੈ ਨੈਕਸਟ ਇਲੈਕਟ੍ਰੀਕਲ ਰਿਸਿਸਟੈਂਸ ਮਤਲਬ ਆਰ গিਵਨ ਹੈ ਕੈਲਕੂਲੇਟ ਦ ਕੈਲਕੂਲੇਟ ਦ એનર્ਜੀ ਕੰਜ਼ੂਮਡ ਬਾਏ ਦ ਪ੍ਰੈਸੈਂਟ ਆਫ 5 ਮਿੰਟ 5 ਮਿੰਟ ਨੂੰ ਸੈਕਿੰਡਸ ਵਿੱਚ ਕਨਵਰਟ ਕੀਤਾ ਤਾਂ ਆ ਗਿਆ 300 ਸੈਕਿੰਡਸ ਉਹਨਾਂ ਨੇ ਕਿਹਾ ਪਾਵਰ ਕਿੰਨੀ ਕੰਜ਼ੂਮ ਕਰਦਾ ਸੋ ਹੀਟ ਜਾਂ ਕੰਜ਼ੂਮ ਜਾਂ ਪਾਵਰ ਕੰਜ਼ੂਮ ਇਹਨੂੰ h ਨਾਲ ਵੀ ਲਿਖ ਸਕਦੇ e ਨਾਲ ਵੀ ਲਿਖ ਸਕਦੇ ਸੋ ਅਸੀਂ h ਦਾ ਫਾਰਮੂਲਾ ਲਰਨ ਕੀਤਾ ਸੀ आई स्क्वेर आर टी सो बच्चे आई वी गिवन है आर वी गिवन है टी वी गिवन है सारी वैल्यूज पुट करो तो ਤੁਹਾਡਾ ਜਿਹੜਾ ਆਨਸਰ ਆ ਉਹ ਆ ਜਾਏਗਾ ਜਦੋਂ ਇਹਨੂੰ ਸੋਲਵ ਕਰਾਂਗੇ ਬੱਚੇ ਤੁਹਾਡਾ ਆਨਸਰ ਆਏਗਾ ਜੂਲਸ ਦੇ ਵਿੱਚ ਠੀਕ ਹੈ ਉਹਨੂੰ ਕਨਵਰਟ ਕਰਨਾ ਕਿਉਂਕਿ ਦੇਖੋ ਉੱਪਰ ਸਾਰੇ ਕਿਲੋਵੋਟ ਆ ਤਾਂ ਕੀ ਕਰਨਾ ਪਏਗਾ ਸੋ ਲਾਸਟ ਵਿੱਚ ਨੂੰ 1000 ਦੇ ਨਾਲ ਜਦੋਂ ਤੁਸੀਂ ਡਿਵਾਈਡ ਕਰੋਗੇ ਤਾਂ ਕਿਲੋ ਜੂਲਸ ਦੇ ਵਿੱਚ ਆਨਸਰ ਆ ਜਾਏਗਾ ਠੀਕ ਹੈ ਜੀ ਸੋ ਲਾਸਟ ਦੇ ਵਿੱਚ ਬੱਚੇ ਉਹਨੂੰ ਕਿਲੋ ਵੋਟ ਦੇ ਵਿੱਚ ਕਨਵਰਟ ਕਰਨ ਦੇ ਲਈ ਕੀ ਕਰਨਾ ਪਏਗਾ 3 ਇੰਟੂ 10 ਰੈਸ ਟੂ ਦੀ ਪਾਵਰ 3 ਦੇ ਨਾਲ ਡਿਵਾਈਡ ਕਰਨਾ ਪਏਗਾ ਸੋ ਕਿਲੋ ਵੋਟ ਦੇ ਵਿੱਚ ਜਿਹੜਾ ਤੁਹਾਡਾ ਆਨਸਰ ਆ ਜਾਏਗਾ ਨੈਕਸਟ ਜਬ ਅੱਛੇ ਲੈਂਪ ਆਫ 100 ਵੋਟ 100 ਵੋਟ ਜਿਹੜੀ ਪਾਵਰ ギਵਨ ਆ ਵਰਕ ਐਟ 200 ਵੋਲਟ ਮਤਲਬ ਵੋਲਟੇਜ ギਵਨ ਹੈ ਤਾਂ ਕਰੰਟ ਪਤਾ ਕਰਨਾ ਹੈ ਠੀਕ ਹੈ ਕਰੰਟ ਮਤਲਬ ਬੱਚੇ ਅਸੀਂ ਫਾਰਮੂਲਾ ਕੀਤਾ ਪੀ ਇਕੁਅਲਸ ਟੂ ਵੀ ਆਈ ਸੋ ਪਾਵਰ ਦੇ ਤਿੰਨ ਫਾਰਮੂਲੇਜ਼ ਹੁੰਦੇ ਤਿੰਨੇ ਤਿੰਨ ਬਹੁਤ ਕੇਅਰਫੁਲੀ ਲਰਨ ਕਰ ਲੈਣੇ ਪੀ ਇਸ ਇਕੁਅਲ ਟੂ ਵੀ ਆਈ ਪੀ ਇਸ ਇਕੁਅਲ ਟੂ ਵੀ ਸਕੁਅਰ ਓਵਰ ਆਰ ਸੋ ਬੱਚੇ ਇਹ ਫਾਰਮੂਲੇਸ ਤੁਹਾਨੂੰ ਅੱਛੇ ਤਰੀਕੇ ਨਾਲ ਲਰਨ ਹੋਣਗੇ ਤਦ ਹੀ ਨਿਊਮੈਰੀਕਲਸ ਈਜ਼ੀ ਲੱਗਣਗੇ ਸੋ ਬਸ ਤੁਸੀਂ ਵੈਲਿਊਜ਼ ਪੁੱਟ ਕਰਨੀਆਂ ਤੇ ਆਨਸਰ ਆ ਜਾਏਗਾ ਨੈਕਸਟ ਕੁਐਸਚਨ ਵੀ ਬੱਚੇ ਈਜ਼ੀ ਔਰ ਇੰਪੋਰਟੈਂਟ ਕੁਐਸਚਨ ਆ ਕੁਐਸਚਨ ਨੰਬਰ ਬੱਚੇ 10 ਜਿਹੜਾ ਆ ਉਹ ਉਹਨਾਂ ਨੇ ਪੁੱਛਿਆ ਕਿ ਕਿਹੜਾ ਬੱਲਵ ਜਿਹੜਾ ਕੀ ਜ਼ਿਆਦਾ ਕਰੰਟ ਡਰੋ ਕਰ ਡਰਾ ਕਰਦਾ ਸੋ ਦਿਸ ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ ਇਦਾਂ ਦੇ ਕੁਐਸਚਨ ਪੰਜਾਬ ਬੋਰਡ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਕਹ ਲੋ ਛਿੱਦਤ ਨਾਲ ਪੁੱਛੇ ਜਾਂਦੇ ਆ ਸੋ ਟਰਾਈ ਕਰੋ ਕਿ ਇਦਾਂ ਦੇ ਕੁਐਸਚਨ ਜਿਹੜੇ ਆ ਕਰਕੇ ਜਾਓ ਸੋ 10th ਕੁਐਸਚਨ ਬੱਚੇ ਆਪਾਂ ਸੋਲਵ ਕਰਦੇ ਆ ਸੋ ਬੱਚੇ ਸਾਡੇ ਕੋਲ ਫਾਰਮੂਲਾ ਆ P VI ਇਹਦਾ ਮਤਲਬ ਜਿਹਦੀ ਪਾਵਰ ਜ਼ਿਆਦਾ ਹੋਏਗੀ ਉਹਦਾ ਕਰੰਟ ਡੈਫੀਨਿਟਲੀ ਜ਼ਿਆਦਾ ਹੋਏਗਾ ਸੋ ਇੱਕ ਸਾਡੇ ਕੋਲ 60 ਵਾਟ ਔਰ ਸੈਕੰਡ ਸਾਡੇ ਕੋਲ 100 ਵਾਟ ਮਤਲਬ ਪਾਵਰ ਕਿ ਦੀ 100 ਵਾਟ ਦੀ ਜ਼ਿਆਦਾ ਆ ਜੇ 100 ਵਾਟ ਆ ਤਾਂ ਇਹਦਾ ਕਰੰਟ ਵੀ ਜ਼ਿਆਦਾ ਹੋਏਗਾ ਇਟ ਮੀਨਸ ਕਿ 100 ਵਾਟ 220 ਵੋਲਟ ਵਾਲਾ ਜੋ ਬੱਲਬ ਹੋਏਗਾ ਉਹ ਜ਼ਿਆਦਾ ਕਰੰਟ ਡਰਾ ਕਰੇਗਾ ਨੈਕਸਟ ਆਜੋ ਕੁਐਸਚਨ ਨੰਬਰ 11 ਤੇ ਇਫ ਦ ਕਰੰਟ ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈਲ ਇਜ਼ 3 ਓਮ ਸਾਡੇ ਕੋ ਆਰ ਸਮਾਲ ਆਰ ਗਿਵਨ ਹੈ ਇੰਟਰਨਲ ਰੈਜ਼ਿਸਟੈਂਸ ਗਿਵਨ ਹੈ ਫਾਈਂਡ ਦਾ ਕਰੰਟ ਕਰੰਟ ਮਤਲਬ ਆਈ ਪਤਾ ਕਰਨੀ ਹੈ ਸਪਲਾਈ ਬਾਏ ਦਾ ਸੈਲ ਇਨ ਦਾ ਸਰਕਟ ਸ਼ੋਰ ਇਨ ਅ ਫਿਗਰ ਸੋ ਜੋ ਸਾਨੂੰ ਫਿਗਰ ਦੇ ਅੰਦਰ ਸ਼ੋ ਕੀਤਾ ਹੋਇਆ ਹੈ ਦੇ ਵਿੱਚ ਅਸੀਂ ਆਈ ਪਤਾ ਕਰਨੀ ਹੈ ਹੁਣ ਦੇਖੋ ਬੱਚੇ ਸਾਨੂੰ ਈ ਵੀ ਪਤਾ ਸਮਾਲ r ਵੀ ਪਤਾ ਕੈਪੀਟਲ r ਸਿੱਥੋਂ ਫਾਈਂਡ ਆਊਟ ਕਰ ਲੈਣੀ ਸੋ ਕਰੰਟ ਇੱਧਰ ਨੂੰ ਜਾਏਗਾ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਜਾਏਗਾ ਜੋ ਤੁਹਾਨੂੰ ਟ੍ਰਿਕ ਦੱਸੀ ਸੀ ਅਗਰ ਕਰੰਟ ਦੋ ਪਾਰਟਸ ਵਿੱਚ ਡਿਵਾਈਡ ਹੋ ਰਿਹਾ ਇਟ ਮੀਨਸ ਕਿ ਬੋਥ ਰੈਜ਼ਿਸਟੈਂਸ ਆਰ ਇਨ ਪੈਰਲਲ ਇਹਦਾ ਮਤਲਬ ਇੱਥੋਂ ਗਿਆ ਕਰੰਟ ਤਾਂ ਇੱਧਰ ਚਲਾ ਗਿਆ ਇਟ ਮੀਨਸ ਇੱਧਰ ਵੀ ਟੂ ਕਹ ਲਓ ਕਰੰਟ ਜਿਹੜਾ ਆ ਪਾਰਟਸ ਵਿੱਚ ਡਿਵਾਈਡ ਹੋ ਰਿਹਾ ਸੋ ਥਿਸ ਇਜ਼ r1 r2 r3 ਕੀ ਅਸੀਂ ਲਿਖ ਸਕਦੇ ਹਾਂ r1 r2 r3 ऑल आर इन पैरल सो अगर सारे दे सारे पैरलर सा फोमूला की है वन ओवर आर पी इजीक टू वन ओवर आर वन प्लस वन ओवर आर टू प्लस वन ओवर आर थ्री आर वन कि वन ओवर सिक्स आर टू कि वन ओवर ट्वैल्व आर थ्री किन्ना वन ओवर ट्वैल्व सो एलशियम लवोंगे तो ट्वैल्व ही आ जाएगा आ जाएगा टू प्लस वन प्लस वन डिवाइड बाय ट्वैल्व सो फोर ओवर ट्वैल्व कटिंग करके आ गया वन ओवर थ्री सो वन ओवर थ्री है मतलब कि आर पी का आंसर कि आ गया ओनली थ्री आरवी ਦਾ ਆਨਸਰ ਕਿੰਨਾ ਆ ਗਿਆ ਸਾਡੇ ਕੋਲ ਓਨਲੀ 3 ਹੁਣ ਦੇਖੋ ਬੱਚੇ ਤੁਹਾਨੂੰ ਕੋ ਆਰ ਵੀ ਪਤਾ ਇਫੈਕਟਿਵ ਰੈਜ਼ਿਸਟੈਂਸ ਮੀਨਸ ਟੋਟਲ ਰੈਜ਼ਿਸਟੈਂਸ ਨਾਉ ਐਡ ਬੋਥ ਟਰਮ ਐਕਸਟਰਨਲ ਰੈਜ਼ਿਸਟੈਂਸ ਪਲੱਸ ਇੰਟਰਨਲ ਰੈਜ਼ਿਸਟੈਂਸ ਐਕਸਟਰਨਲ ਕਿੰਨਾ 3 ਇੰਟਰਨਲ ਕਿੰਨਾ 3 3 3 6 ਹੁਣ ਬੱਚੇ ਵੀ ਕਿ ਦੇ ਇਕੁਅਲ ਹੁੰਦਾ ਆਈ ਆਰ ਦੇ ਇਹਦੇ ਇਕੁਅਲ ਹੁੰਦਾ ਉਹਨਾਂ ਨੇ ਕਿਹਾ ਕਰੰਟ ਪਤਾ ਕਰੋ ਸੋ ਆਈ ਕਿ ਦੇ ਇਕੁਅਲ ਆਏਗਾ ਵੀ ਓਵਰ ਆਰਤੀ ਸੋ ਵੀ ਸਾਨੂੰ ਕਿੰਨੀ গিਵਨ ਆ 1.5 ਤੁਸੀਂ ਇਥੇ ਈ ਵੀ ਲਿਖ ਸਕਦੀਆਂ ਡਿਵਾਈਡਿਡ ਬਾਈ ਆਰ ਆਰ ਸਾਡੇ ਕਿੰਨੀ ਆਇਆ 6 ਸੋ ਇਹਨੂੰ ਸੋਲਵ ਕਰਕੇ ਦੇਖ ਲਓ ਬੱਚੇ 1.5 ਡਿਵਾਈਡਿਡ ਬਾਈ 6 ਡੈਸੀਮਲ ਹਟਾ ਲਓ نیچے ਆ ਜਾਏਗਾ 10 ਟੇਬਲ ਤੇ ਕੱਟਿਆ ਗਿਆ ਤਾਂ ਆ ਗਿਆ 1/4 1/4 ਮੀਨਸ 0.25 0.25 ਇਜ਼ ਦਾ ਫਾਈਨਲ ਆਨਸਰ 0.25 ਮਤਲਬ অপਸ਼ਨ ਨੰਬਰ A ਜਿਹੜਾ ਆ ਤੁਹਾਡਾ ਫਾਈਨਲ ਆਨਸਰ ਆ ਸੇਮ ਟੂ ਸੇਮ ਕੁਐਸਚਨ ਬੱਚੇ ਕੁਐਸਚਨ ਨੰਬਰ 12 ਹੈ ਸੋ ਟਰਾਈ ਕਰਕੇ ਦੇਖੋ ਕੁਐਸਚਨ ਨੰਬਰ 13 ਹੈ ਖੁਦ ਟਰਾਈ ਕਰਕੇ ਦੇਖੋ ਕੁਐਸਚਨ ਨੰਬਰ 14 ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਵਾਟ ਇਜ਼ ਦ ਰੈਜ਼ਿਸਟੈਂਸ ਆਫ ਕਾਰਬਨ ਰੈਜ਼ਿਸਟਰ ਔਨ ਵਿਚ ਕਲਰ ਆਫ ਰਿੰਗ ਇਨ ਸੀਕੁਐਂਸ ਇਜ਼ ਬਲੈਕ ਬ੍ਰਾਊਨ ਰੈਡ ਐਂਡ ਅ ਗੋਲਡ ਸੋ ਇਹ ਤੋਂ ਪਹਿਲਾਂ ਬੱਚੇ ਤੁਹਾਨੂੰ ਕਲਰ ਕੋਡ ਬਾਰੇ ਪਤਾ ਹੋਣਾ ਚਾਹੀਦਾ ਵਿਚ ਇਜ਼ ਬੀ ਬੀ ਰੋਏ ਹੈਜ਼ ਅ ਗ੍ਰੇਟ ਹੈਜ਼ ਅ ब्रिटेन वेरी गुड वाइफ वेयरिंग गोल्ड सिल्वर नैकलेस सो ये लास्ट वाला बच्चे बचा टॉलेंस होंगी फाइव परसेंट ये टेन परसेंट और नो कलर मतलब कि ट्वेंटी परसेंट फस्ट बी का मतलब कि है ब्लैक सो दिस इज ब्लैक नेक्स्ट ब्राउन रेड मतलब आर मतलब रेड मतलब ऑरेंज वाई मतलब येलो ग्रे ब्लू वायलट ग्रीन लास्ट वन इज अ वाइट सो साडे को एक कार्बन कलर है उन्होंने कहा नंबर वन इज अ ब्लैक कलर सो बच्चे फॉर्मूला की आ ए बी इंटू टेनरे टू दावर सी प्लस माइनस स्टॉरलैंस स्टॉरलैंस मतलब एरर जो लास्ट वाले तीन कलर है नंबर वन पर अं की पुट करा ब्लैक ब्लैक का नंबर कि बचे जीरो वन टू ऑलवेज स्टार्टिंग करनी जीरो तो सो so, पहला नंबर ही जीरो आ बी बी इज़ अ ब्राउन ब्राउन इज अ second नंबर सो so, आ गया वन मल्टीप्लाई बै टेन रिज टू दावर सी सी मतलब जोड़ा कि तीसरा नंबर है तीसरा नंबर साढ़े को रेड रेड का बच्चे किना टू सो टेन द पावर टू प्लस माइनस टॉलेंस टॉलेंस कि गोल्ड गोल्ड इज फाइव परसेंट सो कि आ गया वन इंटू टेन रिज टू दावर टू इंटू टेन प्लस माइनस फाइव परसेंट सो बी ऑप्शन इज़ द आंसर ਨੈਕਸਟ ਆਉ ਲੋ ਕੁਐਸਚਨ ਨੰਬਰ 15 15 ਨੂੰ ਦੇਖ ਕੇ ਬਿਲਕੁਲ ਨਿਕ ਭਰਾਣਾ ਬਹੁਤ ਜ਼ਿਆਦਾ ਈਜ਼ੀ ਕੁਐਸਚਨ ਹੈ ਸੋ ਦੇਖੋ ਸਭ ਤੋਂ ਪਹਿਲਾਂ ਆਪਾਂ ਟਰੈਕ ਤੇ ਚੱਲਦੇ ਹਾਂ ਕਰੰਟ ਗਿਆ ਇੱਥੇ ਠੀਕ ਹੈ ਅਗਰ ਇੱਥੇ ਕਰੰਟ ਆਈ ਸੀ ਇੱਥੇ ਜਾ ਕੇ ਦੋ ਪਾਰਟਸ ਵਿੱਚ ਡਿਵਾਈਡ ਹੋ ਗਿਆ ਆਈ 1 ਆਈ 2 ਆਹੀ ਆਈ 1 ਬੱਚੇ ਇੱਧਰ ਚਲਾ ਗਿਆ ਆਈ 1 ਆਹੀ ਆਈ 2 ਇੱਧਰ ਚਲਾ ਗਿਆ ਅਸੀਂ ਪਿਛਲੇ ਨਹੀਂ ਸੋਲਵ ਕਰਦੇ ਅਸੀਂ ਪਹਿਲਾਂ ਇਹਨੂੰ ਸੋਲਵ ਕਰਦੇ ਹਾਂ ਅਗਰ ਸੀਰੀਜ਼ ਦੇ ਵਿੱਚ ਆਇਟ ਮੀਨਸ ਕਿ ਅਸੀਂ ਇਹਨੂੰ ਐਡ ਕਰਾਂਗੇ आ कि टू आह भी कि टू सो टू प्लस टू कि हो गया फोर सो साडे को इस तरह की रजिस्टेंस बन गई फोर थ्री प्लस थ्री सिक्स यदा मतलब आ भी इद्धि बन गई फोर आ कि बन गई सिक्स सिमिलरली आह बन गई फोर और रजिस्टेंस बन गई सिक्स सिमिलरली फोर एंड सिक्स हूँ देखो फोर एंड सिक्स बोथ आर इन पैरल दोनों की आपस में ਪੈਰਲਲ ਦੇ ਵਿੱਚ ਸੋ ਪੈਰਲਲ ਦਾ ਫਾਰਮੂਲਾ ਕੀ ਹੁੰਦਾ R1 R2 ਡਿਵਾਈਡਡ ਬਾਈ R1 R2 ਸੋ so, 4 6 ਡਿਵਾਈਡਡ ਬਾਈ 4 6 ਕਿੰਨਾ ਹੋ ਗਿਆ 10 ਸੋ so, 5 ਦੇ ਟੇਬਲ ਤੇ ਕਟਿੰਗ ਕਰ ਦੋ ਸਾਡੇ ਕੋਲ ਆ ਗਿਆ 12 ਡਿਵਾਈਡਡ ਬਾਈ 5 ਸੋ so, 12 ਨੂੰ ਬੱਚੇ 5 ਦੇ ਨਾਲ ਡਿਵਾਈਡ ਕਰਾਂਗੇ ਤਾਂ 2.4 ਓਮ ਇਹਦਾ ਮਤਲਬ ਫਸਟ ਦਾ ਆਨਸਰ ਕਿੰਨਾ ਆ ਗਿਆ 2.4 ਸੋ 2.4 ਸੈਕਿੰਡ ਦਾ ਵੀ 2.4 ਥਰਡ ਦਾ ਵੀ 2.4 ਐਂਡ ਫਿਫਥ 4ਥ ਦਾ ਵੀ 2.4 ਸੋ ਚਾਰ ਦੇ ਚਾਰ ਆ ਪਸਚ ਕੀ ਆ ਸੀਰੀਜ਼ ਦੇ ਵਿੱਚ ਸੋ ਸਾਰੇ ਨੂੰ ਐਡ ਕਰ ਦੋ ਸੋ 2.4 2.4 4 8 12 16 ਬਨ ਗਿਆ ਐਲਸੀਐਮ 2 4 6 8 ਐਂਡ 9 9.6 ਸੋ 9.6 ਇਜ਼ ਦਾ ਫਾਈਨਲ ਆਨਸਰ ਠੀਕ ਹੈ ਜੀ ਸੋ অপਸ਼ਨ ਚੈੱਕ ਕਰ ਲੈਣੇ ਆ 9.6 ਸੋ ਬੱਚੇ ਅਗਰ ਤੁਹਾਨੂੰ ਤੁਹਾਡੀ ਆਈਕਿਊ ਲੈਵਲ ਥੋੜਾ ਜਿਹਾ ਹਾਈ ਆ ਤਾਂ ਤੁਸੀਂ ਤੁਹਾਨੂੰ ਇੰਨੀ ਵੱਡੀ ਕੈਲਕੂਲੇਸ਼ਨ ਕਰਨ ਦੀ ਵੀ ਕਹ ਲਓ ਸਟੈਪ ਵਾਈਜ਼ ਲੋਡ ਨਹੀਂ ਆ ਥੋੜਾ ਜਿਹਾ ਦਿਮਾਗ ਲਾਓ ਤਾਂ ਕਹਿ ਲਓ ਮੂਹ ਜਵਾਨੀ ਵੀ ਇਹ ਕੁਐਸਚਨ ਹੋ ਸਕਦਾ ਹੈ ਸੋ ਕੇਅਰਫੁਲੀ ਕਰਨਾ ਕੁਐਸਚਨ ਨੰਬਰ 16 ਆ ਬੱਚੇ 16 ਵੀ ਧਿਆਨ ਨਾ ਕਰਨਾ ਅ ਕਾਰਬਨ ਰਿਸਿਸਟਰ ਆਫ 47 ਕਿਲੋਵੋਟ ਹੁਣ ਸੋ ਕਿਲੋ ਓਮ ਕਿਲੋ ਦਾ ਮਤਲਬ 1000 ਨਾਲ ਮਲਟੀਪਲਾਈ ਕਰ ਦੋ ਠੀਕ ਹੈ ਜੀ ਇੰਨਾ ਓਮ ਹੋ ਗਿਆ ਤਾਂ ਕਹਿੰਦੇ ਰਿੰਗ ਪਤਾ ਕਰੋ ਕਿਹੜੀ ਰਿੰਗ ਆ ਨੰਬਰ 4 ਤੇ ਕੀ ਆ ਬੀ ਬੀ ਰੋਏ ਸਟਾਰਟ ਕਿੱਥੋਂ ਕਰਨਾ ਜ਼ੀਰੋ ਤੋਂ ਇੱਥੋਂ ਬੱਚੇ ਗਲਤੀ ਕਰ ਲੈਂਦੇ ਸਟਾਰਟ ਸੀ 1 ਤੋਂ ਕਰ ਲੈਣੇ ਸਾਡੀ ਸਾਰੀ ਸੀਰੀਜ਼ ਗਲਤ ਹੋ ਜਾਂਦੀ ਆਲਵੇਸ ਸਟਾਰਟ ਕਰਨਾ ਜ਼ੀਰੋ ਤੋਂ 0 1 2 3 4 4 ਨੰਬਰ ਤੇ ਕੌਣ ਆ येलो ਸੋ ਪਹਿਲਾ ਹੀ ਕਲਰ ਹੋ ਗਿਆ ਤੁਹਾਡਾ येलो ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਅ देन ਸੈਵਨਥ ਕਲਰ ਹੈ ਬੀ ਬੀ ਰॉय ਹੈਜ਼ ਗ੍ਰੇਟ ਬ੍ਰਿਟੇਨ 5 6 is a great britain has very good wife so 7 number te ki hai bache violet so violet color hega ya 10 to the power 3 10 to the power bache 3 ke di aa rahi hai orange di so orange color vi hega so b option is the right answer vaise ta sanu yellow to hi clear ho gaya sega ki sadi jada ya b option hai oh correct answer hai question number 17 is a also important question so bache assi i think pehla vi discuss kar chukke ha ki ਕਰੰਟ ਇੱਥੋਂ ਗਿਆ i ਇਹਦਾ ਦੋ ਪਾਰਟਸ ਵਿੱਚ ਡਿਵਾਈਡ ਹੋ ਗਿਆ i1 ਐਂਡ i2 ਫਰਦਰ i2 ਦੋ ਪਾਰਟਸ ਵਿੱਚ ਡਿਵਾਈਡ ਹੋ ਗਿਆ i3 ਐਂਡ i4 ਆਹੀ i4 ਇੱਧਰ ਗਿਆ ਇਹਦਾ ਮਤਲਬ ਆ ਦੋਨੋਂ ਕੀ ਹੋਣਗੇ ਇਹਨਾਂ ਚ ਕਰੰਟ ਸੀਮ ਆ ਤਾਂ ਸੀਰੀਜ਼ ਦੇ ਵਿੱਚ ਹੋਣਗੇ 4 2 ਕਿੰਨਾ ਹੋ ਗਿਆ 6 ਇਹਦਾ ਮਤਲਬ ਜਦੋਂ ਨਿਊ ਡਾਇਗਰਾਮ ਬਣੀ ਉਹ ਸਾਡੀ ਇਦਾਂ ਦੀ ਬਣੂਗੀ 6 6 ਐਂਡ 3 ਆਪਸ ਵਿੱਚ ਕੀ ਆ ਸੀਰੀਜ਼ ਪੈਰਲਲ ਦੇ ਵਿੱਚ ਸੋ ਪੈਰਲਲ ਦਾ ਫਾਰਮੂਲਾ ਕੀ ਆ आर वन आर टू डिवाइड बाय आर वन प्लस आर टू सो बचे सा कटिंग करके आ गया टू मतलब साढ़ा पिछे वाला सारा पोर्सन सोल्व हो गया तो सारी की जगह से कि आ गया टू टू प्लस फोर कि हो गया सिक्स सो सीरीज सी बच्चे सिक्स हो गया तो सिक्स और थ्री आपस में पैरल अगेन थ्री प्लस टू कि हो गया थ्री इस तरीके सोल्व किता आ गया टू सो टू प्लस ਸਾਰਾ ਅਸੀਂ ਸੋਲਵ ਕਰ ਲਿਆ ਆ ਸਾਰੀ ਖਤਮ ਹੋ ਗਿਆ ਬੱਚੇ ਪਿੱਛੇ ਵਾਲਾ ਜਿੱਦਾਂ ਜਿੱਦਾਂ ਅਸੀਂ ਸੋਲਵ ਕਰੀ ਜਾਂਦੇ ਆ ਸੋ ਆ ਕੀ ਹੋ ਗਿਆ ਸੀਰੀਜ਼ ਦੇ ਵਿੱਚ 4 2 ਕਿੰਨਾ ਹੋ ਗਿਆ 6 ਸੋ so, 6 ਓਮ ਇਜ਼ ਦਾ ਰਾਈਟ ਆਨਸਰ ਕਲੀਅਰ ਹੋ ਗਿਆ ਜੀ ਸੋ ਬੁੱਕ ਨੇ ਪ੍ਰੋਪਰ ਸੀਰੀਅਲ ਆਰਡਰ ਦੇ ਵਿੱਚ ਸੋਲਵ ਕੀਤਾ ਹੋਇਆ ਤੁਸੀਂ ਸੋਲਵ ਕਰਕੇ ਦੇਖ ਸਕਦੇ ਆ ਆਦਰਵਾਇਜ਼ ਮੈਂ ਤੁਹਾਨੂੰ ਬਹੁਤ ਸ਼ਾਰਟ ਮੈਥਡ ਦੇ ਵਿੱਚ ਦੱਸ ਦਿੱਤਾ ਕਿ ਜਦੋਂ ਸੀਰੀਜ਼ ਨੂੰ ਸੋਲਵ ਕੀਤਾ ਵਿਦ ਰਿਸਪੈਕਟ ਟੂ ਅਦਰ ਪੈਰਲਲ ਆਨਸਰ ਆਏਗਾ ਅਗਰ ਪੈਰਲਲ ਨੂੰ ਸੋਲਵ ਕਰਾਂਗੇ ਤਾਂ ਵਿਦ ਰਿਸਪੈਕਟ ਟੂ ਅਦਰ ਸੀਰੀਜ਼ ਦੇ ਵਿੱਚ ਆਨਸਰ ਆਏਗਾ ठीक है जी सो so, बच्चे नेक्स्ट क्वेश्चन नंबर एटीन है ट्रा खुद ट्राई करके देखो ईजी क्वेश्चन आ सो बच्चे क्वेश्चन ध्यान ना देखो उन्होंने क्या एक लैटर आ ए कंसिस्ट ऑफ अ यूनिफॉर्म वायर ऑफ रजिस्टेंस ए वन ओम पर सेंटीमीटर हर ओम जी आ रजिस्टेंस कि वन ओम एक सेंटीमीटर द दाइड ऑफ द लैटरस आर ईच ट्वेंटी सेंटीमीटर मतलब जी है बच्चे ट्वेंटी सेंटीमीटर है ठीक है आह कि ट्वेंटी सेंटीमीटर एना मतलब अभी इधर हाफ कर दिता तो कि हो गया टेन टैन सेंटीमीटर हूँ अगर एक सेंटीमीटर की जोड़ी रजिस्टेंस आ वन ओम आता टैन सेंटीमीटर की रजिस्टेंस so, कि होएगी टैन ओम सो आह भी टैन ओम 10 ओम 10 ओम टैन ओम बच्चे इतने भी टैन आना इतने मिसप्रिंट हो हंड्रड टेन ओम आ सो एंगल कि बन रहा सिक्सटी डिग्री उन्होंने क्या फाइन द रजिस्टेंस ऑफ द लैटर बिटवीन द एंड ऑफ ए एंड ई A اور E ਦੇ ਵਿੱਚ ਘੱਟ ਜਿਹੜੀ ਅਸੀਂ ਰਿਸਿਸਟੈਂਸ ਫਾਈਂਡ ਆਊਟ ਕਰਨੀ ਆ ਸੋ ਪਹਿਲਾਂ ਦੇਖੋ ਬੱਚੇ ਸੇਮ ਅਸੀਂ ਮੈਥਡ ਯੂਜ਼ ਕਰਨਾ ਇਧਰੋਂ ਕਰੰਟ ਆਈ ਜਾ ਰਿਹਾ ਇੱਥੇ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ I1 I2 ਜਿਹੜਾ I1 ਇਧਰ ਜਾ ਰਿਹਾ ਉਹੀ ਇਧਰ ਆ ਰਿਹਾ ਇਹਦਾ ਮਤਲਬ ਆਹ ਦੋਨੋਂ ਤਾਂ ਕਲੀਅਰ ਹੋ ਗਿਆ ਕਿ ਬੋਥ ਆਰ ਇਨ ਸੀਰੀਜ਼ ਜਦੋਂ ਸੀਰੀਜ਼ ਨੂੰ ਸੋਲਵ ਕਰਾਂਗੇ ਸੀਰੀਜ਼ ਦਾ ਫਾਰਮੂਲਾ ਕੀ ਆ R1 R2 ਇਹਦਾ ਮਤਲਬ R2 R3 ਕਿੰਨਾ ਹੋ ਗਿਆ 20 ਸੋ ਸਾਡੇ ਕੋਲ ਮੇਨ ਜਿਹੜੀ ਡਾਇਗਰਾਮ ਆ ਉਹ ਇਦਾਂ ਦੀ ਬਣ ਜਗੀ ਹੁਣ 20 ਐਂਡ 10 ਆਪਸ ਵਿੱਚ ਕੀ ਆ ਪੈਰਲਲ ਦਾ ਫਾਰਮੂਲਾ ਕੀ ਆ R1 R2 ਡਿਵਾਈਡਡ ਬਾਈ R1 plus R2 20 plus 10 ਕਿੰਨਾ ਹੋ ਜਾਏਗਾ 30 0 ਨਾਲ 0 ਕੱਟਿਆ ਗਿਆ ਤਾਂ ਆ ਗਿਆ 20 ਓਵਰ 30 ਸੋ ਸਾਡੇ ਕੋਲ ਜਿਹੜੀ ਮੇਨ ਡਾਇਗਰਾਮ ਹੁਣ ਬਣ ਗਈ ਉੱਪਰ ਵਾਲੀ ਖਤਮ ਹੋਊਗੀ ਔਰ ਇੱਥੇ ਕੀ ਬਣ ਗਈ ਤੁਹਾਡੀ ਬੱਚੇ 20 ਓਵਰ 3 ਸੋ ਆ ਤਿੰਨੋਂ ਆਪਸ ਵਿੱਚ ਕੀ ਆ ਸੀਰੀਜ਼ ਦੇ ਵਿੱਚ ਸੋ ਸੀਰੀਜ਼ ਦਾ ਫਾਰਮੂਲਾ ਕੀ ਆ R1 plus ਆਰ ਟੂ ਪਲੱਸ ਆਰ ਥਰੀ ਸੋ ਸਭ ਦਾ ਬੱਚੇ ਐਲਸੀਅਮ ਲੈ ਲਓ ਹੁਣ ਤੁਸੀਂ ਸੋ ਇਹਨੂੰ ਸੋਲਵ ਕਰ ਲੂੰਗੇ ਤਾਂ ਜਿਹੜਾ ਤੁਹਾਡਾ ਫਾਈਨਲ ਆਨਸਰ ਹੈ ਉਹ ਆ ਜਾਏਗਾ ਸੋ ਐਲਸੀਅਮ ਲਿੱਤਾ ਤਾਂ ਆ ਗਿਆ ਥਰਟੀ ਪਲੱਸ ਟਵੈਂਟੀ ਪਲੱਸ ਥਰਟੀ ਡਿਵਾਈਡਿਡ ਬਾਈ ਥਰੀ ਸੋ ਏਟੀ ਓਵਰ ਥਰਟੀ ਸੋ ਏਟੀ ਓਵਰ ਥਰਟੀ ਕਿੰਨਾ ਆ ਜਾਏਗਾ ਟਵੈਂਟੀ ਸਿਕਸ ਪੁਆਇੰਟ ਸਿਕਸ ਸੈਵਨ ਸੋ ਟਵੈਂਟੀ ਸਿਕਸ ਪੁਆਇੰਟ ਸਿਕਸ ਸੈਵਨ ਮਤਲਬ ਕਿ ਆਪਸ਼ਨ ਨੰਬਰ ਜਿਹੜੀ ਡੀ ਆ ਦੈਟ ਇਜ਼ ਦ ਰਾਈਟ ਆਨਸਰ ਆਈ ਹੋਪ ਤੁਹਾਨੂੰ ਬੱਚੇ ਜਿਹੜੀ एक्सपलनेशन आ कलियरली समझ लग रही है सो so, बुक दे अकॉर्डिंगली भी देख लैना बुक ने स्टप बाय स्टैप कला कला मैथड न एक्सप्लेन किया हो सो क्वेश्चन नंबर ट्वेंटी है दिस इज ऑलसो मोस्ट इंपॉर्टेंट क्वेश्चन टू प्रोड्यूस टेन विज टू दावर थ्री जूल्स टू ऑफ हीट इन अ टेन सैकेंड बट हीट गिवन आ मतलब एच गिवन आ सैकेंड मतलब टाइम गिवन आ हाउ मच वोल्ट शुड बी अप्लाइड मतलब वी फाइंड आउट करना रजिसटेंसू गिवन है ਸੋ ਸਾਡੇ ਕੋਲ ਬੱਚੇ ਰੈਜ਼ਿਸਟੈਂਸ ਹੀਟ ਵਾਲਾ ਜਿਹੜਾ ਫਾਰਮੂਲਾ ਹੈ दैट इज i² rt ਸਾਨੂੰ ਪਤਾ ਬਟ ਇੱਥੇ ਸਾਨੂੰ ਕਿਤੇ ਵੀ ਕਰੰਟ ਨਹੀਂ ਮੈਂਸ਼ਨ ਬਟ ਸਾਨੂੰ ਵੋਲਟੇਜ ਪਤਾ ਕਰਨ ਲਈ ਕਿਹਾ ਸੋ ਅਸੀਂ v² ਦੀ ਜਗ੍ਹਾ ਤੇ ਕੀ ਲਿਖ ਰਹੀ ਹਾਂ v ਦੇ ਇਕੁਅਲ ਹੁੰਦਾ ir ਦੇ ਸੋ i ਦੇ ਇਕੁਅਲ ਹੋਏਗਾ v r ਦੇ ਅਸੀਂ ਲਿਖ ਸਕਦੇ ਹਾਂ v² r rt r ਦੇ ਨਾਲ ਇੱਕ r ਕੈਨਸਲ ਸੋ ਆ ਜਾਏਗਾ v² r टी ਹੁਣ ਦੇਖੋ ਵੀ ਅਸੀਂ ਪਤਾ ਕਰਨਾ ਬਾਕੀ ਸਾਰੀ ਟਰਮ ਸਾਨੂੰ ਪਤਾ ਆ ਜਸਟ ਵੈਲਿਊਜ਼ ਪੁੱਟ ਕਰੋ ਔਰ ਇਹਨੂੰ ਸੋਲਵ ਕਰ ਲਓ ਸੇਮ ਟੂ ਸੇਮ ਕੁਐਸਚਨ ਬੱਚੇ ਤੁਹਾਡਾ ਕੁਐਸਚਨ ਨੰਬਰ 21 ਆ ਇਹਦੇ ਵਿੱਚ ਤੁਸੀਂ ਰੇਟ ਆਫ ਹੀਟ ਪ੍ਰੋਡਿਊਸ ਪਤਾ ਕਰਨੀ ਆ ਵੀ ਕਿੰਨੀ ਹੀਟ ਪ੍ਰੋਡਿਊਸ ਹੋ ਰਹੀ ਆ ਸੋ ਫਾਰਮੂਲਾ ਸੇਮ ਲੱਗੇਗਾ H I² RT ਇਹਦੇ ਵਿੱਚ ਬੱਚੇ ਤੁਹਾਨੂੰ R 기ਵਨ ਹੈ ਔਰ ਐਂਪੀਅਰ ਮਤਲਬ ਕਿ ਤੁਹਾਨੂੰ ਕਰੰਟ I 기ਵਨ ਹੈ ਸੋ I² RT h i²r t rate of heat of energy matlab time ਤੁਸੀਂ 1 second ਪੁੱਟ ਕਰਕੇ ਜਿਹੜਾ ਇਹਨੂੰ ਸੋਲਵ ਕਰਕੇ ਦੇਖ ਲੈਣਾ so i ਦੀ ਵੈਲਿਊ ਕਿੰਨੀ ਆ 5 matlab ki 5 5 resistance 10 so 250 watt so ਆ ਤੁਹਾਡੀ ਕੈਲੋ ਹੀਟ ਆ ਗਈ ਕਿ ਇੰਨੀ ਹੀਟ ਜਿਹੜੀ ਆ ਉਹ ਅ ਬੱਚੇ ਵਾਟ ਨਹੀਂ ਆਏਗਾ ਉਹਨਾਂ ਨੇ ਹੀਟ ਕਿਹਾ ਆ ਹੀਟ ਦੇ ਜੋ ਉਹ ਹੁੰਦੇ ਆ that is ਜੂਲ ਇਹਦਾ ਮਤਲਬ ਇੱਥੇ ਮਿਸਪ੍ਰਿੰਟ ਹੋਇਆ ਆ ਇੱਥੇ ਆਏਗਾ ਜੂਲ ਕਿਉਂਕਿ ਹੀਟ ਦੇ ਜਿਹੜੇ ਯੂਨਿਟਸ ਹੁੰਦੇ ਆ ਉਹ ਜੂਲ ਹੁੰਦੇ ਆ ਅ ਵਾਟ ਹੁੰਦੇ ਆ ਬੱਚੇ ਪਾਵਰ ਦੇ ਇਹਨਾਂ ਨੇ ਪਾਵਰ ਨਹੀਂ ਕਿਹਾ ਇਹਨਾਂ ਨੇ ਕਿਹਾ ਹੀਟ એનર્ਜੀ ਪ੍ਰੋਡਿਊਸ ਹੈ ਕਲੀਅਰ ਹੋ ਗਿਆ ਜੀ ਨੈਕਸਟ ਆਜੋ 22 ਸੈਕਿੰਡ ਦੇ ਨਾਲ ਦਾ ਹੀ ਕੁਸ਼ਨ ਆ ਖੁਦ ਟਰਾਈ ਕਰਕੇ ਦੇਖੋ 23 ਆਈ ਹੋਪ ਤੁਸੀਂ ਕਰ ਲੂਗੇ ਇਹਨੂੰ ਹੁਣ ਸੋਲਵ ਥੈਨ 24th ਬੱਚੇ ਕੁਸ਼ਨ ਆ ਜਿਹੜਾ ਇੰਪੋਰਟੈਂਟ ਕੁਸ਼ਨ ਹੈ टू रेजिस्टेंस व्हेन कनेक्टेड इन सीरीज जबो सीरीज ਦੇ ਵਿੱਚ ਜੋੜਿਆ ਗਿਆ ਤਾਂ 18 ਓਵਾ ਸੋ ਇਹਨਾਂ ਨੇ ਲਿਖ ਦਿੱਤਾ ਅਸੀਂ RS 18 ਔਰ ਪੈਰਲਲ ਦੇ ਵਿੱਚ ਜੋੜਿਆ ਗਿਆ ਤਾਂ 4C ਤਾਂ ਉਹ ਕਹਿੰਦੇ ਫਾਈਂਡ ਕਰੋ ਵੈਲਿਊ ਆਫ ਈਚ रेजिस्टेंस ਮਤਲਬ R1 R2 ਅਸੀਂ ਫਾਈਂਡ ਆਊਟ ਕਰਨੀਆਂ ਸੋ ਸਭ ਤੋਂ ਪਹਿਲਾਂ ਕੀ ਕੀਤਾ ਸੀਰੀਜ਼ ਸੀਰੀਜ਼ ਦਾ ਮਤਲਬ ਕੀ ਹੈ R1 R2 ਸੋ r s ਦੀ ਜਗ੍ਹਾ ਤੇ ਅਸੀਂ ਕੀ ਲਿਖ ਦਿੱਤਾ r1 r2 ਸਿਮਿਲਰਲੀ r p ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ 1 r1 1 r2 ਸੋ ਆਹ ਵੈਲਿਊ ਸਾਨੂੰ 기ਵਨ ਆ ਇਸ ਤਰੀਕੇ ਨਾਲ ਆ ਗਿਆ ਸੋ ਬੱਚੇ ਮੈਂ ਆਲਵੇਜ਼ ਮੇਰਾ ਮੈਥਡ ਥੋੜਾ ਜਿਹਾ ਚੇਂਜ ਆ ਸੋ r1 ਦੀ ਵੈਲਿਊ ਇੱਥੋਂ ਕੱਢ ਲਓ ਕਿੰਨਾ ਆ ਗਿਆ 18 r2 ਇਹਨੂੰ ਇਕੁਏਸ਼ਨ ਨੰਬਰ 2 ਦੇ ਵਿੱਚ ਪੁੱਟ ਕਰ ਦਿਓ ਸੋ r p ਦਾ ਫਾਰਮੂਲਾ ਕੀ ਆ r1 r2 r1 r2 ਉਨ R1 ਦੀ ਵੈਲਿਊ R1 R1 ਦੀ ਵੈਲਿਊ ਅਸੀਂ ਕਿੰਨੀ ਕਾ ਲੀਆ 18 R2 by R2 by R1 ਦੀ ਵੈਲਿਊ 18 2, R2, R2 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 ਦੇ ਨਾਲ R2 ਕੈਨਸਲ RP ਦਾ ਆਨਸਰ ਬੱਚੇ ਸਾਨੂੰ 기ਵਨ ਆ 4 ਸੋ so 4 ਨੂੰ 18 ਨਾਲ ਮਲਟੀਪਲਾਈ ਕਰੋ ਤਾਂ ਤੁਹਾਡੇ ਕੋ ਆ ਜਾਊਗਾ 32 4 7 72 ਇਸ ਇਕਵਲ ਟੂ ਇਹਨੂੰ ਸੋਲਵ ਕੀਤਾ 18r2 r2 ਦਾ होल स्क्वेयर ਸੋ ਆ ਗਿਆ ਸਾਡੇ ਕੋਲ r2 ਦਾ होल स्क्वेयर 18r2 72 0 ਆ ਤੁਹਾਡੀ ਬਚੀ ਕਿ ਇਕੁਏਸ਼ਨ ਬਣ ਗਈ ਆ ਸਾਰੀ ਇਕੁਏਸ਼ਨ ਨੂੰ ਸੋਲਵ ਕਰਕੇ ਦੇਖ ਲੈਣਾ ਸੈਂਟਰ ਵਾਲੀ ਟਰਮ ਨੂੰ ਇਦਾਂ ਤੋੜਨਾ ਕਿ ਪਲੱਸ ਮਾਈਨਸ ਕਰੇ ਤੇ ਸਾਡਾ 18 ਤੇ ਮਲਟੀਪਲਾਈ ਕਰੇ ਤੇ 72 2 ਬਣਦਾ ਹੋਵੇ ਸੋ ਸਾਰੇ ਬੱਚੇ ਇਹ ਤਾਂ ਮੈਥਸ ਦੀ ਕੈਲਕੂਲੇਸ਼ਨ ਆਈ ਥਿੰਕ ਤੁਸੀਂ ਕਰ ਲੂਗੇ ਨਹੀਂ ਹੋਏਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਡੈਫੀਨੇਟਲੀ ਜਿਹੜਾ ਤੁਹਾਨੂੰ ਆਨਸਰ ਮਿਲ ਜਾਏਗਾ ਸੋ ਇੱਥੋਂ ਬੱਚੇ R1 ਐਂਡ R2 ਦੀ ਜਿਹੜੀ ਤੁਹਾਡੀ ਵੈਲਿਊ ਸੋਲਵ ਹੋ ਜਾਏਗੀ ਸੋ ਬੁੱਕ ਨੇ ਥੋੜਾ ਜਿਹਾ ਹੋਰ ਤਰੀਕੇ ਨਾਲ ਸੋਲਵ ਕੀਤਾ ਅਗਰ ਤੁਸੀਂ ਇਹ ਵਾਲਾ ਮੈਥਡ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਮੈਥਡ ਯੂਜ਼ ਕਰ ਸਕਦੇ ਆ ਸੋ ਕੈਲਕਕੂਲੇਸ਼ਨ ਤੁਹਾਡੇ ਹੱਥ ਵਿੱਚ ਜੋ ਤੁਹਾਨੂੰ ਈਜ਼ੀ ਲੱਗਦਾ ਜਿਸ ਮੈਥਡ ਨਾਲ ਜ਼ਿਆਦਾ ਈਜ਼ੀ ਲੱਗਦਾ ਤੁਸੀਂ ਉਹ ਮੈਥਡ ਫਾਲੋ कर सदी नैक्सट आ टू रजिस्टेंस आर इन द रेशो वन रेशो फोर है। वन रेशो फोर का की मतलब आ कि आर वन का आंसर लिख लो वन एक्स और आर टू का आंसर लिख लो फोर एक्स इन्ह ने आर लिखा इनू लिख लिया आर 1x ਦੀ ਜਗ੍ਹਾ ਤੇ ਲਿਖ ਲਿਆ R ਇਹਨੂੰ ਲਿਖ ਲਿਆ 4R ਐਜ਼ ਯੂਰ ਵਿਸ਼ ਤੁਸੀਂ x ਨਾਲ ਸੋਲਵ ਕਰਨਾ ਚਾਹਨੇ x ਨਾਲ ਕਰ ਲਓ R ਦੇ ਨਾਲ ਸੋਲਵ ਕਰਨਾ ਚਾਹਨੇ R ਦੇ ਨਾਲ ਸੋਲਵ ਕਰ ਲਓ ਨੈਕਸਟ ਇਫ देयर ਥੀਸ ਆਰ ਕਨੈਕਟਡ ਇਨ ਪੈਰਲਲ ਅਗਰ ਇਹਨਾਂ ਨੂੰ ਪੈਰਲਲ ਜੋੜ ਦਿੰਨੇ ਆ ਪੈਰਲਲ ਦਾ ਫਾਰਮੂਲਾ RP R1 R2 ਮਤਲਬ ਕਿ R1 ਸੌਰੀ R1 R2 R1 R2 ਮਤਲਬ ਕਿ 5R ਸੋ 5 ਦੇ ਨਾਲ ਉੱਪਰ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਆਰ ਦੇ ਨਾਲ ਆਰ ਕੈਨਸਲ ਸੋ ਆ ਗਿਆ 4r ਡਿਵਾਈਡਿਡ ਬਾਈ 5 ਹੁਣ r ਦੀ ਵੈਲਿਊ ਬੱਚੇ ਸਾਨੂੰ 기ਵਨ ਆ r ਦੀ ਵੈਲਿਊ ਕਿੰਨੀ 기ਵਨ ਆ 16 ਸੋ 4 ਓਵਰ 5 ਇੰਟੂ 16 ਸੋ ਇਹਨੂੰ ਸੋਲਵ ਕਰਾਂਗੇ ਤਾਂ ਤੁਹਾਡਾ ਜਿਹੜਾ rp ਦਾ ਜਿਹੜਾ ਆਨਸਰ ਹੈ ਉਹ ਸੋਲਵ ਹੋ ਜਾਏਗਾ ਸੋ ਬੁੱਕ ਨੇ ਇਸ ਤਰੀਕੇ ਨਾਲ ਸੋਲਵ ਕੀਤਾ ਸੋ ਸੇਮ ਆ ਗਿਆ ਬੱਚੇ ਲਾਸਟ ਵਿੱਚ 1 ਓਵਰ 16 5 ਡਿਵਾਈਡਿਡ ਬਾਈ 4r ਸੋ ਕ੍ਰਾਸ ਮਲਟੀਪਲਾਈ ਕਰਾਂਗੇ ਥੋ ਆਰ ਦਾ ਆਨਸਰ ਜਿਹੜਾ ਅਸੀਂ ਸੋਲਵ ਕਰ ਲਿਆ ਆਰ ਇਸ ਇਕੁਅਲ ਟੂ 80 ਓਵਰ 4 ਸੋ ਕੱਟ ਕੇ ਆ ਗਿਆ ਤੁਹਾਡੇ ਕੋ 20 ਓਮ ਠੀਕ ਹੈ ਜੀ ਇਹ ਇੱਕ ਆਰ ਦਾ ਆਨਸਰ ਆ ਗਿਆ ਮੰਨ ਲਓ ਆਰ 1 ਦਾ ਆਨਸਰ ਆ ਗਿਆ ਸੋ ਆਰ 2 ਅਸੀਂ ਕਿਦਾਂ ਕਢਾਲਣਾ ਆ ਦੂਸਰੀ ਵੈਲਿਊ ਵਿੱਚ ਪੁੱਟ ਕਰ ਦੋ ਸੈਕੰਡ ਟਰਮ ਵਿੱਚ ਪੁੱਟ ਕਰ ਦੋ ਕਿ ਆਰ 20 ਪੁੱਟ ਕੀਤਾ ਤਾਂ 80 ਓਮ ਜਿਹੜਾ ਤੁਹਾਡਾ ਆਨਸਰ ਆ ਜਾਏਗਾ ਸੇਮ ਟੂ ਸੇਮ ਬੱਚੇ ਕੁਐਸਚਨ ਨੰਬਰ 26 ਆ ਸੇਮ ਹੀ ਆ ਅਦਰਵਾਈਜ਼ ਬੁੱਕ ਨੇ ਸੌਲਵ ਕੀਤਾ ਹੋਇਆ ਬੁੱਕ ਦੀ ਹੈਲਪ ਨਾ ਲੈ ਕੇ ਤੁਸੀਂ ਖੁਦ ਇਹਨੂੰ ਟਰਾਈ ਕਰੋ ਥੈਨ 27 28 ਪਛੇ 28 ਕੁਐਸਚਨ ਜਿਹੜਾ ਹੈ ਇੰਪੋਰਟੈਂਟ ਆ ਇਹ ਕਹਿ ਲਓ ਕਿ ਪੰਜਾਬ ਬੋਰਡ ਦੇ ਵਿੱਚ ਇਦਾਂ ਦੇ ਕੁਐਸਚਨਸ ਮੋਸਟ ਇੰਪੋਰਟੈਂਟ ਆ ਕਿ ਰੈਜ਼ਿਸਟਿਵਿਟੀ ਫਾਈਂਡ ਆਊਟ ਕਰੋ ਰੈਜ਼ਿਸਟਿਵਿਟੀ ਆਫ ਦਾ ਮਟੀਰੀਅਲ ਆਫ ਦਾ ਵਾਇਰ 1.0 ਮੀਟਰ ਲੌਂਗ ਇਹਦਾ ਮਤਲਬ ਤੁਹਾਨੂੰ ਲੈਂਥ 기ਵਨ ਆ ਐਲ 기ਵਨ ਹੈ 0.4 mm ਇਨ ਡਾਇਮੀਟਰ ਦਾ ਮਿਲੀਮੀਟਰ ਨੂੰ ਬੱਚੇ ਮੀਟਰ ਚ ਕਨਵਰਟ ਕਰਨਾ ਆ ਤਾਂ 10 ਰਿਸਟੂ ਦੀ ਪਾਵਰ ਮਾਈਨਸ 3 ਦੇ ਨਾਲ ਉਹਨੂੰ ਕਨਵਰਟ ਮਲਟੀਪਲਾਈ ਕਰਕੇ ਕਨਵਰਟ ਕਰ ਸਕਦੀਆਂ ਹੈਵਿੰਗ ਰਿਸਿਸਟੈਂਸ ਆਰ ギਵਨ ਹੈ ਸੋ ਵੈਲਿਊ ਸਾਡੇ ਕੋ ਪਤਾ ਹੈ ਰਜੀ ਰੋ ਕੇ ਦੀ ਇਕੁਅਲ ਹੁੰਦੀ ਆ ਆਰ ਕੇ ਦੀ ਇਕੁਅਲ ਆ ਰੋ ਐਲ ਓਵਰ ਏ ਹੁਣ ਅਸੀਂ ਕੀ ਕੀਤਾ ਆਰ ਦੀ ਜਗ੍ਹਾ ਤੇ ਆਰ ਲਿਖਿਆ ਰਹਿਣ ਤਾਂ ਐਲ ਦੀ ਜਗ੍ਹਾ ਤੇ ਐਲ ਔਰ ਏ ਦੀ ਜਗ੍ਹਾ ਤੇ ਪਾਈ ਆਰ ਸਕੁਅਰ ਕਿਉਂਕਿ ਏਰੀਆ ਸਾਨੂੰ ਡਾਇਰੈਕਟ ਪਤਾ ਨਹੀਂ ਰੇਡੀਅਸ গিਵਨ ਆ ਸੋ ਉਹਨੂੰ ਰੇਡੀਅਸ ਚ ਕਨਵਰਟ ਕਰ ਲਿਆ ਜਸਟ ਵੈਲਿਊਜ਼ ਪੁੱਟ ਕੀਤੀਆਂ ਤੇ ਤੁਹਾਡਾ ਆਨਸਰ ਜਿਹੜਾ ਆ ਉਹ ਆ ਜਾਏਗਾ ਸੇਮ ਟੂ ਸੇਮ ਕੁਐਸਚਨ ਨੰਬਰ 29 30 ਕੋ ਟ੍ਰਾਈ ਕਰਕੇ ਦੇਖਣਾ ਨਹੀਂ ਹੋਏਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਸੋ ਬੱਚੇ ਕੰਬੀਨੇਸ਼ਨ ਆਫ ਦਾ 3 ਰੈਜ਼ਿਸਟਰਸ ਟੇਕਸ ਅ ਕਰੰਟ ਆਫ 7.5 ਤੁਹਾਨੂੰ ਕਰੰਟ ਮਤਲਬ ਕਿ i ਦੀ ਵੈਲਿਊ গিਵਨ ਹੈ ਫ੍ਰੋਮ 30 वोल्टेज सप्लाई मतलब वी गिवन है इफ टू रजिस्टर्स जो आर वन एंड आर टू गिवन कहते थर्ड पता करो सो so, थर्ड कि पता करा का कनेक्टेड है पैरल पैरल का फॉर्मूला आर पी इज इक्स टू वन ओवर आर वन प्लस वन ओवर आर टू प्लस वन ओवर आर थ्री सो बच्चे वी के दल हों आई आर दे सो so, आर के दौल आएगा वी ओवर आई मतलब इतने वी लिख दो इतने आई लिख दो आईडी वैल्यू गिवन है 7.5 सो 7.5 डिवाइडेड बाय 30 R1 ਦੀ ਵੈਲਿਊ ਕਿੰਨੀ ਆ 10 R2 ਦੀ ਵੈਲਿਊ ਕਿੰਨੀ ਆ 12 ਔਰ R3 ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਆ ਬਾਕੀ ਦਾ ਸਭ ਕੈਲਕੂਲੇਸ਼ਨ ਆ ਕੈਲਕੂਲੇਸ਼ਨ ਤੁਸੀਂ ਕੋਲ ਟਰਾਈ ਕਰ ਸਕਦੇ ਆ ਸੋ ਸਾਰੀ ਕੈਲਕੂਲੇਸ਼ਨ ਕਰ ਲਓ ਬੱਚੇ ਤੁਹਾਡਾ ਜਿਹੜਾ ਆਨਸਰ ਹੈ ਉਹ 15 ਓਮ ਆ ਜਾਏਗਾ ਨੈਕਸਟ ਆ ਜੋ ਕੁਐਸਚਨ ਨੰਬਰ 20 32 ਪੁੱਛੇ ਜਿਹੜਾ ਕੁਐਸਚਨ ਨੰਬਰ 32 ਆ ਇਹ ਹੀ ਕਹ ਲੋ ਕਿ 1-2 ਸਾਲਾਂ ਤੋਂ ਇਦਾਂ ਦੇ ਕੁਐਸ਼ਨਸ ਇੰਪੋਰਟੈਂਟ ਆ ਜਿਹਦੇ ਵਿੱਚ ਜਿਹੜੀ ਆ ਕੋਫੀਸ਼ੀਐਂਟ ਆਫ ਟੈਂਪਰੇਚਰ ਕੋਫੀਸ਼ੀਐਂਟ ਜਿਹੜਾ ਪੁੱਛ ਲਿਆ ਜਾਂਦਾ ਆ ਸੋ ਪਿਛਲੇ 2-3 ਸਾਲ ਤੋਂ ਇਹ ਕੁਐਸ਼ਨਸ ਇੰਪੋਰਟੈਂਟ ਆ ਸੋ ਜਿਹੜੇ ਬੱਚੇ ਵੀ +2 ਦੀ ਤਿਆਰੀ ਕਰ ਰਹੇ ਆ ਉਹ ਆਹ ਕੁਐਸ਼ਨ ਬਿਲਕੁਲ ਨਾ ਛੱਡ ਕੇ ਜਾਣਾ ਚਾਹੇ ਤੁਸੀਂ ਵੀਕ ਸਟੂਡੈਂਟ ਆ ਚਾਹੇ ਤੁਸੀਂ ਇੰਟੈਲੀਜੈਂਟ ਸਟੂਡੈਂਟ ਆ ਆਹ ਕੁਐਸ਼ਨ ਜ਼ਰੂਰ ਕਰਕੇ ਜਾਣਾ ਮੋਸਟ ਇੰਪੋਰਟੈਂਟ ਕੁਐਸ਼ਨ ਆ ਅ সিলਵਰ ਵਾਇਰ ਹੈਜ਼ ਅ ਰਿਸਿਸਟੈਂਸ 2.1 हूँ तो रजिस्टेंस मतलब कि आर वन गिवन है सो आ की गिवन है आर वन ट्वेंटी सैवन पॉइंट फाइव डिग्री सेल्सियस मतलब कि टैंपरेचर टी वन गिवन है रजिस्टेंस ऑफ टू पॉइंट सैवन ओम टू पॉइंट सैवन मतलब कि आर टू गिवन है एट हंडर्ड डिग्री सेंटीग्रेड हंडर्ड डिग्री सेंटीग्रेड मतलब टी टू गिवन है डिटर्मिन द टैम्परेचर कोफिशियंट ऑफ द रजिटेंस टैम्परेचर कोफिशियंट ऑफ रजिस्टेंस का फॉर्मुला की अल्फा इज इस टू आर टू माइनस आर वन डिवाइड बाई आर वन टी टू माइनस टी वन वैल्यूज सारियाँ दारी गिवन है जस्ट पुट करनी और सोल्व करना है सो नैक्सट आ जाओ डिटर्मिन द रजिस्टेंस बिटवीन द टर्मीनल ए एंड बी ऑफ द इनफानाइट ਨੈਟਵਰਕ ਇਨਫੋਨਾਈਟ ਦਾ ਨੈਟਵਰਕ ਦਾ ਕੀ ਮਤਲਬ ਹੈ ਕਿ ਲਗਾਤਾਰ ਇਹ ਚੀਜ਼ ਚੱਲੀ ਜਾ ਰਹੀ ਆ ਸੋ ਸੀਮੇ ਦੇ ਨਾਲ ਦਾ ਬੱਚੇ 34th ਕੁਐਸਚਨ ਉਹ ਬੁੱਕ ਨੇ ਸੋਲਵ ਕੀਤਾ ਹੋਇਆ ਆ ਸੋ ਬੱਚੇ ਮੈਂ ਚਾਹਨੀ ਆ ਕਿ ਮੈਂ ਸੋਲਵ ਨਾ ਕਰਾਵਾਂ ਖੁਦ ਟਰਾਈ ਕਰੋ ਹੁਣ ਦੇਖੋ ਬੱਚੇ ਆ ਕਰੰਟ ਜਿਹੜਾ ਇੱਥੋਂ ਜਾ ਰਿਹਾ ਉਹ ਇਧਰੋਂ ਜਾ ਰਿਹਾ ਉਹ ਇਧਰੋਂ ਜਾ ਰਿਹਾ ਇਹਦਾ ਮਤਲਬ ਸਾਰੇ ਨੂੰ ਅਸੀਂ ਕੀ ਕੀਤਾ ਐਕਸ ਮੰਨ ਲਿਆ ਠੀਕ ਹੈ ਜੀ ਐਕਸ ਮੰਨ ਲਿਆ ਹੁਣ ਆਦੋਂ ਨੂੰ ਸਾਨੂੰ ਦਿਖ ਰਿਹਾ ਕਿ ਪੈਰਲਲ ਦੇ ਵਿੱਚ ਅਸੀਂ ਪੈਰਲਲ ਦਾ ਫਾਰਮੂਲਾ ਲਗਾਤਾ ਆਰ ਪੀ نکال ਲਿਆ then ਹੁਣ ਜਦੋਂ ਇਹਨੂੰ ਸੋਲਵ ਕੀਤਾ ਆਇਆ ਸੋਲਵ ਕੀਤਾ ਬੱਚੇ ਇਦਾਂ ਆ ਜਾਏਗਾ ਤਾਂ ਆ ਤਿੰਨੋਂ ਕੀ ਹੋ ਜਾਣਗੇ ਸੀਰੀਜ਼ ਦੇ ਵਿੱਚ ਹੋ ਜਾਣਗੇ ਸੋ ਆ ਸੀਰੀਜ਼ ਦਾ ਫਾਰਮੂਲਾ ਲਗਾਤਾ ਤਿੰਨਾਂ ਨੂੰ ਐਡ ਕਰ ਦਿੱਤਾ ਕਲੀਅਰ ਹੋ ਗਿਆ ਸੋ ਨੈਕਸਟ ਦਾ ਬਾਕੀ ਸਾਰੀ ਕੈਲਕੂਲੇਸ਼ਨ ਆ ਕੈਲਕੂਲੇਸ਼ਨ ਕਰਕੇ ਦੇਖ ਲੈਣਾ ਸੋ ਬੱਚੇ ਇਹ ਇਦਾਂ ਕਹਿ ਸਕਦੇ ਆ ਕਿ ਤਿੰਨ ਚਾਰ ਸਾਲ ਪਹਿਲਾਂ ਦੇ ਇੰਪੋਰਟੈਂਟ ਕੁਐਸਚਨ ਆ ਜੇ ਹੁਣ ਤੁਸੀਂ ਇਹ ਵਾਲੇ ਕੁਐਸਚਨ ਸਕਿਪ ਕਰ ਜੂਗੇ ਤਾਂ ਚੱਲ ਵੀ ਸਕਦਾ ਆ ਸੋ ਜਿਹੜੇ ਇੰਟੈਲੀਜੈਂਟ ਬੱਚੇ ਆ ਬਿਲਕੁਲ ਸਕਿਪ ਨਾ ਕਰਕੇ ਜਾਣਾ ਜਿਹੜੇ ਥੋੜੇ ਵੀਕ ਸਟੂਡੈਂਟ ਆ ਉਹ ਸਕਿਪ ਕਰਕੇ ਜਾ ਸਕਦੀ ਆ ਕੁਐਸਚਨ ਨੰਬਰ 36 ਬੱਚੇ ਵੀ ਤੁਸੀਂ ਖੁਦ ਕਰ ਸਕਦੇ ਆ r3 ਦੀ ਵੈਲਿਊ ਹੀ ਫਾਈਂਡ ਆਊਟ ਕਰਨੀ ਆ ਥੈਨ 37 38 ਸੋ ਇੰਪੋਰਟੈਂਟ ਕੁਐਸ਼ਨਸ ਆ ਖੁਦ ਟਰਾਈ ਕਰਕੇ ਦੇਖ ਲੈਣਾ ਇਹਦੇ ਨਾਲ ਦੇ ਆਪਾਂ ਹੁਣੇ ਡਿਸਕਸ ਕਰ ਚੁੱਕੇ ਆ ਇਸ ਕਰਕੇ ਬੱਚੇ ਸਕਿਪ ਕਰ ਰਹੀਆਂ ਸੋ ਬੱਚੇ ਕੁਐਸ਼ਨ ਨੰਬਰ 39 ਤੇ ਆ ਜਾਓ 39 40 41 42 43 ਸੋ ਇਹ ਵਾਲੇ ਕੁਐਸ਼ਨ ਡਿਸਕਸ ਕਰਕੇ ਇੱਕ ਵਾਰੀ ਸੋਲਵ ਕਰਕੇ ਰੱਖਣਾ ਅਗਰ ਨਹੀਂ ਹੋਣਗੇ ਤਾਂ ਬੱਚੇ ਪਲੀਜ਼ ਇਸ ਵੀਡੀਓ 'ਚ ਕਮੈਂਟ ਜ਼ਰੂਰ ਕਰ ਦੇਣਾ ਕਿਉਂਕਿ ਨੈਕਸਟ ਵੀਡੀਓ ਆਪਾਂ 44 ਕੁਐਸ਼ਨ ਤੋਂ ਡਿਸਕਸ ਕਰਾਂਗੇ ਅਗਰ ਤੁਹਾਨੂੰ 39 30, 40 ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਈ ਨੈਕਸਟ ਵੀਡੀਓ ਦੇ ਵਿੱਚ ਪਹਿਲਾ ਇਹ ਕੁਐਸਚਨ ਬੱਚੇ 39 40 ਹੋਏਗਾ ਸੋ ਅਗਰ ਤਾਂ ਤੁਸੀਂ ਸੋਲਵ ਕਰ ਲੈਣੇ ਤਾਂ ਵੈਲਨ ਗੁੱਡ ਹੈ ਅਗਰ ਨਹੀਂ ਸੋਲਵ ਕਰ ਪਾਣੇ ਕੋਈ ਪ੍ਰੋਬਲਮ ਹੈ ਪਲੀਜ਼ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਦੇ ਦੇਣਾ ਕੱਲ ਦੀ ਵੀਡੀਓ ਦੇ ਵਿੱਚ ਬੱਚੇ ਇਹ ਕੁਐਸਚਨ ਸਭ ਤੋਂ ਪਹਿਲਾਂ ਹੋਣਗੇ ਜਿਹੜੀ ਤੁਹਾਡੀ ਪ੍ਰੋਬਲਮਸ ਹੋਣਗੀਆਂ ਠੀਕ ਹੈ ਜੀ ਸੋ ਆਲ ਦਾ ਬੈਸਟ ਫਾਰ ਦਾ ਐਗਜ਼ਾਮ ਪੇਪਰ ਬਹੁਤ ਨੇੜੇ ਆ ਸੋ ਦਿਲ ਲਗਾ ਕੇ ਪੜ੍ਹ ਲਓ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਹ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਸੋ ਵੀਡੀਓ ਨੂੰ ਵੱਧ ਤੋਂ ਵੱਧ ਬੱਚੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਸੋ ਮੱਚ